ਸਤਿ ਸ੍ਰੀ ਅਕਾਲ ਦੋਸਤੋ ਕੱਲ ਆਪਾਂ ਫਰਾਂਸ ਦੀ ਕ੍ਰਾਂਤੀ ਤੇ 25 ਕੁਐਸਚਨ ਲੈ ਕੇ ਆਏ ਸੀ ਅੱਜ ਆਪਾਂ ਅਗਲੇ 25 ਕੁਐਸਚਨ ਲੈ ਕੇ ਆਇਆ 26 ਤੋਂ 50 ਤੱਕ ਤਾਂ ਇਸ ਦੇ ਵਿੱਚ ਉਮੀਦ ਆ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਵੇਗਾ ਤੇ ਆਪਣਾ 26ਵਾਂ ਸਵਾਲ ਹੈਗਾ ਥਰਡ ਸਟੇਟ ਇਹਨੂੰ ਤੀਸਰਾ ਵਰਗ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਨੇ ਆਪਣੇ ਆਪ ਨੂੰ ਰਾਸ਼ਟਰੀ ਸਭਾ ਕਦੋਂ ਘੋਸ਼ਿਤ ਕੀਤਾ ਸੀ ਨੰਬਰ 1 17 ਜੂਨ 1789 ਨੰਬਰ 2 27 ਜੂਨ 1789 ਤਾਂ ਜਿਹੜੀ 3rd ਸਟੇਟ ਸੀਗੀ ਇਹਨੇ 17 ਜੂਨ 1789 ਨੂੰ ਆਪਣੇ ਆਪ ਨੂੰ ਰਾਸ਼ਟਰੀ ਸਭਾ ਘੋਸ਼ਿਤ ਕਰਤਾ ਸੀਗਾ ਤਿੰਨ ਸਟੇਟ ਸੀ 1st 2nd 3rd 3rd ਜਿਹੜੀ ਆਮ ਲੋਕਾਂ ਦੀ ਸੀ ਕਿਸਾਨਾਂ ਦੀ ਸੀਗੀ ਉਹਨਾਂ ਦੀ ਸਟੇਟ ਸੀਗੀ ਜਦੋਂ ਉਹਨਾਂ ਦਾ ਜ਼ਿਆਦਾ ਸ਼ੋਸ਼ਣ ਹੋਣ ਲੱਗ ਗਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਰਾਸ਼ਟਰੀ ਸਭਾ ਘੋਸ਼ਿਤ ਕਰਤਾ ਸੀਗਾ 17 ਜੂਨ 1789 ਨੂੰ ਤੇ ਹੁਣ ਜਿਹੜਾ ਰਾਜਾ ਸੀ ਲੁਈ 16ਵਾਂ ਇਹਨੇ ਰਾਸ਼ਟਰੀ ਸਭਾ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਸੀਗੀ ਇਹ ਦਿੱਤੀ 27 ਜੂਨ 1799 ਨੂੰ ਇਹਨੇ ਕਾਨੂੰਨੀ ਮਾਨਤਾ 27 ਜੂਨ ਨੂੰ ਦਿੱਤੀ ਸੀ 17 ਜੂਨ ਨੂੰ ਇਹਨੇ ਆਪਣੇ ਆਪ ਨੂੰ ਰਾਸ਼ਟਰੀ ਸਭਾ ਕੋਸ਼ਤ ਕਰਤਾ ਸੀ ਨੈਕਸਟ ਕੁਐਸਚਨ ਹੈਗਾ ਸਾਡਾ 27 ਲੁਈ 16 ਮੈਨੇ ਸਟੇਟਸ ਜਰਨਲ ਦਾ ਅਦਿਵੇਸ਼ਨ ਬੁਲਾਉਣ ਦੀ ਘੋਸ਼ਣਾ ਕਦੋਂ ਕੀਤੀ ਸੀ ਹੁਣ ਉਹਦਾ ਸੈਸ਼ਨ ਬੁਲਾਇਆ ਸੀਗਾ ਕਦੋਂ ਬੁਲਾਇਆ ਸੀ ਨੰਬਰ 1 1 ਮਈ 1799 ਨੰਬਰ 2 17 ਜੂਨ 1799 ਤਾਂ ਹੁਣ ਜਿਹੜਾ ਲੁਈਸ 16ਵਾਂ ਸੀ ਇਹਨੇ ਜਿਹੜੀ ਅਸਟੇਟ ਜਰਨਲ ਆ ਇਹਦਾ ਸੈਸ਼ਨ ਬੁਲਾਇਆ ਸੀ ਅਦਿਵੇਸ਼ਨ ਬੁਲਾਇਆ ਸੀ ਉਹ 1 ਮਈ 1799 ਨੂੰ ਬੁਲਾਇਆ ਸੀ ਨੈਕਸਟ ਕੁਐਸਚਨ 28 ਅਸਟੇਟਸ ਜਰਨਲ ਦਾ ਅਦਿਵੇਸ਼ਨ ਕਿੱਥੇ ਬੁਲਾਇਆ ਸੀ ਬੁਲਾਇਆ ਤਾਂ 1 ਮਈ 1799 ਨੂੰ ਸੀ ਤਾਂ ਇਹ ਬੁਲਾਇਆ ਕਿੱਥੇ ਸੀ ਨੰਬਰ 1 ਵਾਸਟਲ ਦੇ ਮਹਿਲ 'ਚ ਨੰਬਰ 2 ਵਰਸਾਈ ਦੇ ਮਹਿਲ 'ਚ ਤਾਂ ਇਹ ਬੁਲਾਇਆ ਸੀ ਵਰਸਾਈ ਦੇ ਮਹਿਲ 'ਚ ਕਿੱਥੇ ਵਰਸਾਈ ਵਰਸਾਈ ਸ਼ਹਿਰ ਆ ਉੱਥੇ ਮਹਿਲ ਆ ਉਹ ਮਹਿਲ 'ਚ ਬੁਲਾਇਆ ਸੀ ਨੈਕਸਟ ਕੁਐਸਚਨ 29 ਸਭਾ ਚ ਥਰਡ ਸਟੇਟ ਦਾ ਪ੍ਰਤੀਨਿਧ ਕੌਣ ਸੀ ਹੁਣ ਜਿਹੜੀ ਤੀਜੀ ਆਮ ਲੋਕਾਂ ਦੀ ਸਭਾ ਸੀ ਉਹਦਾ ਪ੍ਰਤੀਨਿਧ ਕੌਣ ਕਰ ਰਿਹਾ ਸੀ ਨੰਬਰ 1 ਮਿਰਾਬੋ ਨੰਬਰ 2 ਮੋਨੀ ਮੋਨੀਅਰ ਤਾਂ ਜਿਹੜਾ ਥਰਡ ਸਟੇਟ ਆ ਇਹਦਾ ਪ੍ਰਤੀਨਿਧ ਕੌਣ ਸੀ ਮਿਰਾਬੋ ਮਿਰਾਬੋ ਇੱਕ ਬੰਦਾ ਸੀਗਾ ਉਹ ਇਹਦਾ ਪ੍ਰਤੀਨਿਧ ਕਰ ਰਿਹਾ ਸੀ ਨੈਕਸਟ ਕੁਐਸਚਨ 30 ਰਾਸ਼ਟਰੀ ਸਭਾ ਨੇ ਖੁਦ ਨੂੰ ਸੰਵਿਧਾਨ ਸਭਾ ਕਦੋਂ ਕੋਸ਼ਟ ਕੀਤਾ ਹੁਣ ਰਾਸ਼ਟਰੀ ਸਭਾ ਬਣੀ ਤਾਂ ਸੀਗੀ 17 ਜੂਨ ਨੂੰ ਤੇ ਕਾਨੂੰਨੀ ਮਾਨਤਾ ਮਿਲ ਗਈ ਸੀ 27 ਜੂਨ 1799 ਨੂੰ ਤੇ ਇਹਨੇ ਆਪਣੇ ਆਪ ਖੁਦ ਨੂੰ ਸੰਵਿਧਾਨ ਸਭਾ ਕੋਸ਼ਤ ਕੀਤਾ ਸੀ ਨੰਬਰ 1 9 ਜੁਲਾਈ 1799 ਨੰਬਰ 2 11 ਜੁਲਾਈ 1799 ਤਾਂ ਉਹਨੇ ਆਪਣੇ ਆਪ ਨੂੰ ਸੰਵਿਧਾਨ ਸਭਾ ਸੰਵਿਧਾਨ ਸਭਾ ਕੋਸ਼ਤ ਕੀਤਾ ਸੀ 9 ਜੁਲਾਈ 1799 ਨੂੰ ਹੁਣ 17 ਜੂਨ ਨੂੰ ਬਣੀ ਐ 27 ਜੂਨ ਨੂੰ ਰਾਜੇ ਨੇ ਉਹਨੂੰ ਮਾਨਤਾ ਦਿੱਤੀ ਤੇ 9 ਜੁਲਾਈ ਨੂੰ ਉਹਨੇ ਆਪਣੇ ਆਪ ਨੂੰ ਸੰਵਿਧਾਨ ਸਭਾ ਕੋਸ਼ਤ ਕਰਤਾ ਸੀ ਨੈਕਸਟ ਕੁਐਸਚਨ 31 ਪੈਰਿਸ ਦੇ ਲੋਕਾਂ ਨੇ 14 ਜੁਲਾਈ 1789 ਈਸਵੀ ਨੂੰ ਕਿਹੜੇ ਕਿਲੇ ਨੂੰ ਢਾਹ ਦਿੱਤਾ ਨੰਬਰ 1 ਬਾਸਟਿਲ ਦੇ ਨੰਬਰ 2 ਵਰਸਾਈ ਨੂੰ ਤਾਂ ਪੈਰਿਸ ਦੇ ਲੋਕ ਗਰਮ ਮિજાਜੀ ਲੋਕ ਸੀਗੇ ਉਹਨਾਂ ਨੇ 17 ਜੁਲਾਈ 1789 ਨੂੰ ਬਾਸਟਿਲ ਦੇ ਕਿਲੇ ਨੂੰ ਢਾਹਤਾ ਸੀ ਇਹਨੂੰ ਨਰਿੰਕੁਸਤਾ ਦਾ ਜਿਹੜਾ ਕੇਂਦਰ ਵੀ ਕਿਹਾ ਜਾਂਦਾ ਸੀ ਨਰਿੰਕੁਸਤਾ ਦਾ ਇੱਕ ਪ੍ਰਤੀਕ ਵੀ ਕਿਹਾ ਜਾਂਦਾ ਜਿਹੜਾ ਬਾਸਟਿਲ ਲੈ ਕੇ ਲਾਗਾ ਨੈਕਸਟ ਕੁਐਸਚਨ 32 ਬਾਸਟਿਲ ਦਾ ਕਿਲਾ ਨਰਿੰਕੁਸਤਾ ਦਾ ਪ੍ਰਤੀਕ ਸੀ 14 ਜੁਲਾਈ ਨੂੰ ਨਰਿੰਕੁਸਤਾ ਦੇ ਕਿਲੇ ਨੂੰ ਢਾਉਣ ਬਾਅਦ ਘੋਸ਼ਣਾ ਕੀਤੀ ਨੰਬਰ 1 ਫਰਾਂਸ ਦੀ ਆਜ਼ਾਦੀ ਦੀ ਨੰਬਰ 2 ਫਰਾਂਸ ਦਾ ਰਾਸ਼ਟਰੀ ਦਿਵਸ ਤਾਂ ਹੁਣ 14 ਜੁਲਾਈ ਨੂੰ ਫਰਾਂਸ ਦੇ ਵਿੱਚ ਕੀ ਮਨਾਇਆ ਜਾਂਦਾ ਰਾਸ਼ਟਰੀ ਦਿਵਸ ਤਾਂ ਜਦੋਂ ਕਲਨਟੌਨ ਤੋਂ ਬਾਅਦ ਉਹਨਾਂ ਨੇ ਫਰਾਂਸ ਦਾ ਰਾਸ਼ਟਰੀ ਦਿਵਸ ਮਨਾਉਣ ਦੀ ਕੀ ਕੀਤੀ ਸੀ ਘੋਸ਼ਣਾ ਕੀਤੀ ਸੀ ਵੀ ਇਸ ਦਿਨ ਤੋਂ ਅਸੀਂ 14 ਜੁਲਾਈ ਤੋਂ ਰਾਸ਼ਟਰੀ ਦਿਵਸ ਮਨਾਇਆ ਕਰਾਂਗੇ ਨੈਕਸਟ ਸਾਡਾ 33 ਕੁਐਸਚਨ ਨੈਸ਼ਨਲ ਗਾਰਡ ਇੱਕ ਸੰਸਥਾ ਸੀ ਇਹਦਾ ਗਠਨ ਕਿਉਂ ਕੀਤਾ ਗਿਆ ਨੰਬਰ 1 ਨਗਰ ਦੀ ਸੁਰੱਖਿਆ ਲਈ ਨੰਬਰ 2 ਕਾਨੂੰਨ ਬਣਾਉਣ ਲਈ ਤਾਂ ਜਿਹੜਾ ਨੈਸ਼ਨਲ ਗਾਰਡ ਹੈ ਠੀਕ ਹੈ ਨੈਸ਼ਨਲ ਗਾਰਡ ਦਾ ਗਠਨ ਨਗਰ ਦੀ ਸੁਰੱਖਿਆ ਵਾਸਤੇ ਕੀਤਾ ਗਿਆ ਸੀ ਕਿੱਸ ਵਾਸਤੇ ਨਗਰ ਦੀ ਸੁਰੱਖਿਆ ਵਾਸਤੇ ਨੈਕਸਟ 34 ਸਵਾਲ ਨੈਸ਼ਨਲ ਗਾਰਡ ਹੁਣ ਜਿਹੜਾ ਨੈਸ਼ਨਲ ਗਾਰਡ ਸੀ ਇਹਦਾ ਪ੍ਰਧਾਨ ਕੌਣ ਸੀਗਾ ਜਾਂ ਕਿਹਨੂੰ ਬਣਾਇਆ ਸੀਗਾ ਪ੍ਰਧਾਨ ਨੰਬਰ 1 ਲਾਫਾ ਤੇਲ ਨੰਬਰ 2 ਨੇਕਰ ਨੇਕਰ ਦਾ ਵਿੱਤ ਮੰਤਰੀ ਸੀ ਲੂਈ 16ਵੇਂ ਦਾ ਪਕਲ ਕੀਤਾ ਸੀ ਜਿਹੜਾ ਲਾਫਾ ਤੇਲ ਹੈ ਲਾਫਾ ਤੇਲ ਨੂੰ ਇਹਦਾ ਪ੍ਰਧਾਨ ਬਣਾਇਆ ਸੀਗਾ ਕਿਹਦਾ ਨੈਸ਼ਨਲ ਗਾਰਡ ਦਾ ਨੈਕਸਟ 35 ਕੁਐਸਚਨ ਬੇਪਿੰਦੇ ਦੇ ਲੋਟੇ ਬੇਪਿੰਦੇ ਦੇ ਲੋਟੇ ਨਾਮ ਨਾਲ ਕੌਣ ਜਾਣਿਆ ਜਾਂਦਾ ਸੀ ਜਾਂ ਕੌਣ ਪ੍ਰਸਿੱਧ ਸੀ ਨੰਬਰ 1 ਨੋਏ ਲੀਜ਼ ਨੰਬਰ 2 ਲਾਫਾ ਤੇਲ ਤਾਂ ਜਿਹੜਾ ਬੇਪਿੰਦੇ ਦੇ ਲੋਟੇ ਦੇ ਨਾਮ ਨਾਲ ਮਸ਼ਹੂਰ ਸੀ ਉਹ ਸੀ ਨੋਏ ਲੀਜ਼ ਨੋਏ ਲੀਜ਼ ਹੁਣ ਲਾਫਾ ਤੇਲ ਵਾਲਾ ਆਪਾਂ ਪਹਿਲਾ ਸਵਾਲ ਕਰਕੇ ਆਇਆ ਨੈਸ਼ਨਲ ਗਾਰਡ ਦਾ ਪ੍ਰਧਾਨ ਸੀ ਲਾਫਾ ਤੇਲ ਹੈ ਨਾ ਲਾਫਾ ਤੇਲ ਤਾਂ ਹੁਣ 4 ਅਗਸਤ 1789 ਨੂੰ ਰਾਸ਼ਟਰੀ ਸਭਾ ਵਿੱਚ ਆਪਣੇ ਵਿਸ਼ੇਸ਼ ਅਧਿਕਾਰਾਂ ਦਾ ਤਿਆਗ ਕਰਨ ਵਾਲਾ ਕੌਣ ਸੀਗਾ ਉਸੀ ਨੋਏਲਿਸ ਕੌਣ ਸੀ ਨੋਏਲਿਸ ਨੈਕਸਟ ਕੁਐਸਚਨ ਸਾਡਾ 36 ਬੇਪੇਨ ਦੇ ਲੋਟੇ ਦਾ ਸਮਰਥਨ ਕਰਦੇ ਹੋਏ ਹੋਰ ਕਿਸ ਨੇ ਆਪਣੇ ਵਿਸ਼ੇਸ਼ ਅਧਿਕਾਰ ਤਿਆਗੇ ਸਨ ਨੰਬਰ 1 ਡਿਊਕ ਦੀ ਅ ਐਗਿਓ ਨੰਬਰ 2 ਕਾਹਨੇ ਤਾਂ ਬੇਪੇਨ ਦੇ ਲੋਟੇ ਦਾ ਸਮਰਥਨ ਕਰਦੇ ਹੋਏ ਆਪਣੇ ਜਿਹੜੇ ਵਿਸ਼ੇਸ਼ ਅਧਿਕਾਰ ਹੋਰ ਕਿਹਨੇ ਤਿਆਗੇ ਸੀ ਡਿਊਕ ਦੀ ਐਗਿਓ ਡਿਊਕ ਦੀ ਐਗਿਓ ਡਿਊਕ ਦੀ ਐਗਿਓ ਡਿਊਕ ਦੀ ਐਗਿਓ ਨੇ ਆਪਣੇ ਵਿਸ਼ੇਸ਼ ਅਧਿਕਾਰ ਰਣੀ ਵਿੱਚ ਜਾਗਤੀ ਸੀ ਸਭ ਤੋਂ ਪਹਿਲਾਂ ਬੇਪੈਨ ਦੇ ਦੇ ਲੋਟੇ ਜਿਹਨੂੰ ਕਹਿੰਦੇ ਨੇ ਆਪਾਂ ਉੱਪਰ ਕੀਤਾ ਜਿਵੇਂ ਨੋਏਲਿਸ ਇਹ ਨੋਏਲਿਸ ਨੇ ਪਹਿਲਾਂ ਇਹਨੇ ਚਾਗੇ ਆਪਣੇ ਜਿਹੜੇ ਵਿਸ਼ੇਸ਼ ਅਧਿਕਾਰ ਤਿਆਗਤੀ ਸੀ ਕਦੋਂ ਤੱਕ ਸੀ 4 ਅਗਸਤ 1799 ਨੂੰ ਨੈਕਸਟ 37 ਸਵਾਲ ਸਾਡਾ ਹੈਗਾ 27 ਜੂਨ 1799 ਨੂੰ ਰਾਸ਼ਟਰੀ ਸਭਾ ਨੇ ਕਿਸ ਦੇ ਪ੍ਰਸਤਾਵਾਂ ਜਾਂ ਪੱਤਰਾਂ ਨੂੰ ਮਾਨਵ ਅਧਿਕਾਰਾਂ ਦੀ ਘੋਸ਼ਣਾ ਦੇ ਤੌਰ ਤੇ ਜਾਰੀ ਕੀਤਾ ਨੰਬਰ 1 ਲਾਫਾਟੇਲ ਨੰਬਰ 2 ਨੋਏਲਿਸ ਤਾਂ ਹੁਣ ਜਿਹੜੇ ਇੱਕ ਪ੍ਰਸਤਾਵ ਸੀ ਪ੍ਰਸਤਾਪ ਪੱਤਰ ਸੀਗੇ ਉਹ ਸੀਗੇ ਲਾਫਾਟੇਲ ਦੇ ਕਿਉਂਕਿ ਇਹਦੇ ਸੀਗੇ ਲਾਫਾਟੇਲ ਦੇ ਤੇ ਇਹ ਜਿਹੜੇ ਪੱਤਰ ਸੀਗੇ ਤਾਂ ਇਹ ਲਾਫਾ ਤੇਲ ਦੇ ਪ੍ਰਸਤਾਵਾਂ ਨੂੰ ਮਾਨਵ ਅਧਿਕਾਰਾਂ ਦਾ ਘੋਸ਼ਣਾ ਪੱਤਰ ਦੇ ਤੌਰ ਤੇ ਜਾਰੀ ਕੀਤਾ ਸੀਗਾ 27 ਜੂਨ 1799 ਨੂੰ ਨੈਕਸਟ ਕੁਐਸਚਨ ਆਏਗਾ 38 ਜਿਹੜੇ ਇਹ ਲਾਫਾ ਤੇਲ ਦੇ ਘੋਸ਼ਣਾ ਪੱਤਰ ਸੀਗੇ ਇਹ ਕਿੰਨੀਆਂ ਇਹਦੇ ਵਿੱਚ ਕਿੰਨੀਆਂ ਧਰਾਵਾਂ ਸੀਗੀਆਂ ਨੰਬਰ 1 17 ਨੰਬਰ 2 19 ਤਾਂ ਇਹ ਸੀਗੀਆਂ 17 ਜਿਹੜੀਆਂ ਉਹਦੇ ਵਿੱਚ ਧਰਾਵਾਂ ਸੀਗੀਆਂ 17 ਧਰਾਵਾਂ ਸੀਗੀਆਂ ਨੈਕਸਟ ਕੁਐਸਚਨ 39 ਮਾਨਵ ਅਧਿਕਾਰਾਂ ਦੇ ਘੋਸ਼ਣਾ ਪੱਤਰ ਨੂੰ ਆਧੁਨਿਕ ਯੁੱਗ ਦੀ ਡੈਸ਼ ਕਿਹਾ ਜਾਂਦਾ ਹੈ ਹੋ ਜਿਹੜੇ ਲਾਫਾ ਤੇਲ ਨੇ ਮਾਨਵ ਅਧਿਕਾਰਾਂ ਦੇ ਘੋਸ਼ਣਾ ਪੱਤਰ ਦਿੱਤਾ ਸੀਗਾ ਠੀਕ ਹੈ ਉਹਨੂੰ ਆਧੁਨਿਕ ਯੁੱਗ ਦਾ ਕੀ ਕਿਹਾ ਜਾਂਦਾ ਨੰਬਰ 1 ਇੰਜਲ ਨੰਬਰ 2 ਨੋ ਤਾਂ ਉਹਨੂੰ ਇੰਜਲ ਕਿਹਾ ਜਾਂਦਾ ਇੰਜਲ ਨੈਕਸਟ ਕੁਐਸਚਨ 40 ਮਾਨਵ ਅਧਿਕਾਰਾਂ ਦੇ ਘੋਸ਼ਣਾ ਪੱਤਰ ਨੂੰ ਕਾਗਜ਼ ਦਾ ਹੁਣ ਇੱਕ ਕਥਨ ਹੈ ਕਿਨੇ ਕਿਹਾ ਕਾਗਜ਼ ਦਾ ਇਹ ਟੁਕੜਾ ਨਿਪੋਲਨ ਦੀ ਸੈਨਾ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸਿੱਧ ਹੋਇਆ ਹੁਣ ਕੋਸ਼ਨਾ ਪੱਤਰ ਨੂੰ ਇਹ ਕਿਹਨੇ ਕਿਹਾ ਸੀਗਾ ਵੀ ਕਾਗਜ਼ ਦਾ ਇੱਕ ਟੁਕੜਾ ਨੇ ਬੋਲਣ ਦੇ ਸ਼ੈਣ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸਿੱਧ ਹੋਇਆ ਨੰਬਰ 1 ਐਕਟਨ ਨੰਬਰ 2 ਰੈਂਕ 'ਤੇ ਤਾਂ ਇੱਕ ਇਤਿਹਾਸਕਾਰ ਐਕਟਨ ਇਹਦਾ ਇਹ ਚਕਾਰ ਦੀ ਵਾਟ ਇਜ਼ ਹਿਸਟਰੀ ਦੇ ਵਿੱਚ ਕਾਫੀ ਜ਼ਿਕਰ ਆ ਇਹ ਚਕਾਰ ਦੀ ਕਿਤਾਬ ਆ ਗਈ ਵਾਟ ਇਜ਼ ਹਿਸਟਰੀ ਕਿਹੜੀ ਹੈਗੀ ਵਾਟ ਇਜ਼ ਹਿਸਟਰੀ ਇਹ ਕਿਤਾਬ ਦੇ ਵਿੱਚ ਐਕਟਨ ਦਾ ਕਾਫੀ ਜ਼ਿਕਰ ਆ ਉਹ ਇਸ ਤਰ੍ਹਾਂ ਦੀਆਂ ਕਾਫੀ ਐਗਜ਼ਾਮਪਲਾਂ ਜਗਦਾ 월ਡ ਹਿਸਟਰੀ 'ਚੋਂ ਐਕਟਨ ਤਾਂ ਐਕਟਰ ਨੇ ਕਿਹਾ ਸੀ ਕਾਗਜ਼ ਦਾ ਇਹ ਟੁਕੜਾ ਨੈਪੋਲੀਅਨ ਦੀ ਸੈਨਾ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸਿੱਧ ਹੋਇਆ ਮਤਲਬ ਜਿਹੜਾ ਮਨੁੱਖ ਅਧਿਕਾਰ ਲਾਫਾ ਤੈਲ ਨੇ ਦਿੱਤੇ ਸੀ ਉਹਨਾਂ ਦਾ ਇੱਕ ਟੁਕੜਾ ਨੈਕਸਟ ਕੁਐਸਚਨ 41 ਲੂਈ 16ਵੇਂ ਤੇ ਮੈਰੀ ਐਂਟੋਨੀਆ ਨੂੰ ਪੈਰਿਸ ਕਿੱਥੇ ਰੱਖਿਆ ਗਿਆ ਸੀ ਹੁਣ ਉਹਨਾਂ ਨੂੰ ਫੜ ਲਿਆ ਸੀ ਫੜ ਕੇ ਉਹਨਾਂ ਨੂੰ ਕਿੱਥੇ ਰੱਖਿਆ ਸੀ ਨੰਬਰ 1 ਟਾਊਲ ਰੀਜ਼ ਦੇ ਮਹਿਲ 'ਚ ਨੰਬਰ ਤੋਂ ਬਸਟਿਲ ਦੇ ਮਹਿਲ 'ਚ ਤਾਂ ਉਹਨਾਂ ਨੂੰ ਰੱਖਿਆ ਸੀ ਟਾਊਲ ਰੀਜ਼ ਦੇ ਮਹਿਲ 'ਚ ਟਾਵਰ ਰੀਜ਼ ਦੇ ਮਹਿਲ ਦੇ ਵਿੱਚ ਰੱਖਿਆ ਸੀ ਉਹਨਾਂ ਨੂੰ ਲੁਈ 16ਵੇਂ ਤੇ ਮੈਰੀ ਐਂਟੋਨੀਆ ਨੂੰ ਕਿੱਥੇ ਪੈਰਿਸ ਚ ਨੈਕਸਟ ਕੁਐਸਚਨ 42 ਚਰਚ ਦੀ ਸੰਪਤੀ ਨੂੰ ਖਤਮ ਕਰਨ ਦਾ ਪ੍ਰਸਤਾਵ ਕਿਸ ਨੇ ਰੱਖਿਆ ਹੁਣ ਚਰਚ ਦੀ ਸੰਪਤੀ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਸੀਗਾ ਨੰਬਰ 41 ਰਾਣੇ ਨੰਬਰ 2 ਲਾਫਤੇਲ ਨੇ ਤਾਂ ਜਿਹੜਾ ਤਾਲੀਰਾ ਬੰਦਾ ਦਾ ਇਹਨੇ ਵੀ ਚਰਚ ਦੀ ਜੀ ਸੰਪਤੀਆਂ ਨੂੰ ਖਤਮ ਕਰਨ ਦਾ ਕੀ ਪ੍ਰਸਤਾਵ ਰੱਖਿਆ ਸੀ ਤੇ ਮਿਰਾਬੋ ਆ ਜਿਹੜਾ ਮਿਰਾਬੋ ਨੇ ਪ੍ਰਸਤਾਵ ਨੂੰ ਸਮਰਥਨ ਦਿੱਤਾ ਸੀ ਤੈਨੂੰ ਸਵਾਲ ਐਵੇਂ ਵੀ ਪੁੱਛ ਸਕਦਾ ਜਿਹੜਾ 39 ਰਾਣੇ ਚਰਚ ਦੀ ਸੰਪਤੀ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਇਹਦਾ ਸਮਰਥਨ ਕਿਸ ਨੇ ਕੀਤਾ ਉਹ ਕੀਤਾ ਸੀ ਮਰਾਬੂ ਨੇ ਨੈਕਸਟ ਸਾਡਾ 43 ਸਵਾਲ ਹੈਗਾ ਸੰਵਿਧਾਨ ਸਭਾ ਨੇ ਚਰਚ ਦੀ ਸੰਪਤੀ ਦਾ ਰਾਸ਼ਟਰੀਕਰਨ ਕਦੋਂ ਕੀਤਾ ਹੁਣ ਚਰਚ ਦੀ ਸੰਪਤੀ ਦਾ ਪ੍ਰਸਤਾਵ ਰੱਖਿਆ ਸੀਗਾ ਤਾਲੀਰਾ ਨੇ ਤੇ ਹੁਣ ਇਹਦਾ ਰਾਸ਼ਟਰੀਕਰਨ ਕਦੋਂ ਕੀਤਾ ਸੀ ਨੰਬਰ 1 3 ਨਵੰਬਰ 799 ਨੰਬਰ ਤੋਂ 3 ਅਕਤੂਬਰ 799 ਤਾਂ ਇਹਦਾ ਰਾਸ਼ਟਰੀਕਰਨ ਕੀਤਾ ਸੀ ਚਰਚ ਦੀ ਸੰਪਤੀ ਦਾ 3 ਨਵੰਬਰ 1989 ਨੂੰ ਨੈਕਸਟ 44 ਕੁਐਸਚਨ ਸਿਵਲ ਕੰਸਟੀਟਿਊਟ ਆਫ ਦੀ ਕਲਰਜੀ ਕਾਨੂੰਨ ਕਿੰਨਾਂ ਲਈ ਬਣਾਇਆ ਗਿਆ ਸੀ ਨੰਬਰ 1 ਪਾਦਰੀਆਂ ਲਈ ਨੰਬਰ 2 ਲੋਕਾਂ ਲਈ ਹੁਣ ਜਿਹੜੇ ਸਿਵਲ ਕੰਸਟੀਟਿਊਟ ਆਫ ਦੀ ਕਲਰਜੀ ਕਾਨੂੰਨ ਨੇ ਇਹ ਬਣਾਇਆ ਸੀ ਪਾਦਰੀਆਂ ਲਈ ਕਿੰਨਾਂ ਲਈ ਬਣਾਇਆ ਇਹ ਪਾਦਰੀਆਂ ਵਾਸਤੇ ਦੋ ਤਰ੍ਹਾਂ ਦੇ ਇਹਦੇ ਵਿੱਚ ਆਉਂਦੇ ਸੀ ਪਾਦਰੀ ਇੱਕ ਤਾਂ ਜਿਨ੍ਹਾਂ ਨੇ ਸਫਤ ਲੈ ਲਈ ਸਫਤ ਲੈ ਲਈ ਜਿਹੜੇ ਉਹਨਾਂ ਨੂੰ ਕਿਹਾ ਜਾਂਦਾ ਸੀ ਯੂਰਰ ਕੀ ਜਾਂਦਾ ਸੀ ਯੂ ਅਰਰ ਜਿਨ੍ਹਾਂ ਨੇ ਸਹਪਤ ਲਈ ਜਿਨ੍ਹਾਂ ਨੇ ਸਹਪਤ ਨਹੀਂ ਲਈ ਇਹ ਕਾਨੂੰਨਾਂ ਦੇ ਪ੍ਰਤੀ ਤਾਂ ਉਹਨਾਂ ਨੂੰ ਨੌਨ ਜੂਰਰ ਕਿਹਾ ਜਾਂਦਾ ਸੀ ਉਹਨਾਂ ਨੂੰ ਨੌਨ ਜੂਰਰ ਕਿਹਾ ਜਾਂਦਾ ਸੀ ਇਹ ਸਵਾਲ ਬਣ ਸਕਦਾ ਹੈ ਨੈਕਸਟ ਕੁਐਸਚਨ 45 ਫਰਾਂਸ ਦਾ ਪਹਿਲਾ ਲਿਖਤੀ ਸੰਵਿਧਾਨ ਕਦੋਂ ਤਿਆਰ ਹੋਇਆ ਨੰਬਰ 1 1790 ਨੰਬਰ 2 1791 ਤਾਂ ਹੁਣ ਫਰਾਂਸ ਦਾ ਪਹਿਲਾ ਲਿਖਤੀ ਸੰਵਿਧਾਨ ਬਣਿਆ ਸੀਗਾ ਉਹ ਬਣਿਆ ਸੀ 1791 ਚ ਇਹ ਬੰਨਨਾ ਸ਼ੁਰੂ ਹੋਇਆ ਸੀ 1799 ਦੇ ਵਿੱਚ ਸ਼ੁਰੂ ਬਣਾਉਣਾ ਸ਼ੁਰੂ ਕੀਤਾ ਸੀ ਤੇ ਇਹ 1799 ਦੇ ਵਿੱਚ ਤਿਆਰ ਹੋ ਗਿਆ ਸੀ ਬਣ ਕੇ ਤਿਆਰ ਕਦੋਂ ਹੋਇਆ ਸੀ 1799 ਦੇ ਵਿੱਚ ਨੈਕਸਟ ਕੁਐਸਚਨ 46 ਫਰਾਂਸ ਚ ਰਾਜਤੰਤਰ ਦਾ ਖਾਤਮਾ ਕਦੋਂ ਹੋਇਆ ਨੰਬਰ 1 10 ਅਗਸਤ 1792 ਨੰਬਰ 2 10 ਸਤੰਬਰ 1792 ਤਾਂ ਇਹ ਫਰਾਂਸ ਦੇ ਵਿੱਚ ਰਾਜਤੰਤਰ ਦਾ ਖਾਤਮਾ 10 ਅਗਸਤ 1792 ਨੂੰ ਹੋਇਆ ਸੀ ਕਦੋਂ ਹੋਇਆ 10 ਅਗਸਤ 1792 ਨੈਕਸਟ ਕੁਐਸਚਨ 47 ਰਾਜਤੰਤਰ ਖਤਮ ਹੋਣ ਬਾਅਦ ਰਾਜ ਸੱਤਾ ਕਿਸ ਦੇ ਹੱਥਾਂ ਵਿੱਚ ਆ ਗਈ ਸੀ ਨੰਬਰ 1 ਕਮਿਊਨ ਵਿੱਚ ਕੇਂਦਰਿਤ ਹੋ ਗਈ ਨੰਬਰ 2 ਕੁਲੀਨਾ ਵਿੱਚ ਹੁਣ ਕਿਹਦੇ ਵਿੱਚ ਕੇਂਦਰਿਤ ਹੋਈ ਸੀ ਇਹ ਹੋਈ ਸੀ ਨੰਬਰ 1 ਸਹੀ ਹੁੰਦਾ ਕਮਿਊਨ ਵਿੱਚ ਕੇਂਦਰਿਤ ਹੋ ਗਈ ਸੀ ਰਾਜਤੰਤਰ ਖਤਮ ਹੋ ਗਿਆ ਰਾਜ ਸੱਤਾ ਕਿਹਦੇ ਵਿੱਚ ਕਮਿਊਨ ਦੇ ਵਿੱਚ ਕੇਂਦਰਿਤ ਹੋ ਗਈ ਨੈਕਸਟ ਕੁਐਸਚਨ 48 ਕਮਿਊਨ ਦਾ ਨੇਤਾ ਕੌਣ ਸੀ ਨੰਬਰ 1 ਨੈਪੋਲੀਅਨ ਨੰਬਰ 2 ਰੋਸਪੀਅਰ ਤਾਂ ਹੁਣ ਜਿਹੜਾ ਕਮਿਊਨ ਦਾ ਨੇਤਾ ਸੀਗਾ ਉਹ ਸੀ ਰੋਸਪੀਅਰ ਕੌਣ ਸੀ ਰੌਬਸਪੀਅਰ ਨੈਕਸਟ 49 ਕੁਐਸਚਨ ਜੈਕੋਬਿਨ ਕਲੱਬ ਦਾ ਅਧਿਕਸ਼ਕ ਕੌਣ ਸੀ ਨੰਬਰ 1 ਰੌਬਸਪੀਅਰ ਨੰਬਰ 2 ਲੇਜ਼ਾਂਦਰ ਤਾਂ ਜਿਹੜਾ ਜੈਕੋਬਿਨ ਕਲੱਬ ਹੈ ਇਹਦਾ ਅਧਿਕਸ਼ਕ ਸੀ ਰੌਬਸਪੀਅਰ ਤੇ ਇਹ ਹੀ ਕਮਿਊਨ ਦਾ ਨੇਤਾ ਸੀ ਨੈਕਸਟ ਤੇ ਲਾਸਟ ਸਵਾਲ ਅੱਜ ਦਾ ਆਪਣਾ ਫਰਾਂਸ 'ਚ 2 ਤੋਂ 6 ਸਤੰਬਰ ਤੱਕ ਖੂਨ ਦਾ ਵੱਡਾ ਤਾਣਦਵ ਹੋਇਆ ਤੇ ਇਸ क्रूरਤਾਪੂਰਨ ਸਤੰਬਰ ਇਸ ਖੂਰਤਾਪੂਰਨ ਸਤੰਬਰ ਹੱਤਿਆकांड ਜਿਹੜਾ ਸਤੰਬਰ ਦੇ ਵਿੱਚ ਹੱਤਿਆकांड ਹੋਇਆ 2 ਤੋਂ 6 ਸਤੰਬਰ ਤੱਕ ਇਹਨੂੰ ਜਿਹੜਾ ਢਕਾਉਣ ਵਾਲਾ ਬੰਦਾ ਕੌਣ ਸੀਗਾ ਜਿਸ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਖੂਨ ਪੀਣ ਵਾਲਾ ਵਿਅਕਤੀ ਵੀ ਕਿਹਾ ਗਿਆ ਠੀਕ ਹੈ ਉਹ ਸੀ ਮਾਰਾਨਾ ਦਾ ਬੰਦਾ ਸੀ ਮਾਰਾਨਾ ਦਾ ਬੰਦਾ ਸੀਗਾ ਠੀਕ ਹੈ ਇਹ ਮਾਰਾਨਾ ਦੇ ਬੰਦੇ ਨੂੰ ਹੈਜ਼ਨ ਨੇ ਕਿਹਾ ਵੀ ਉਹ ਖੂਨ ਖੂਨ ਪੀਣਾ ਸਭ ਉਸ ਸਮੇਂ ਦਾ ਸਭ ਤੋਂ ਵੱਡਾ ਵਿਅਕਤੀ ਖੂਨ ਪੀਣਾ ਕੌਣ ਆ ਉਹ ਮਾਰਾ ਬੰਦਾ ਸੀ ਮਾਰਾ ਨੇ ਜਿਹੜਾ ਪੂਰਾ ਹੱਤਿਆਗਾਨੜ ਭੜਕਾਉਣ ਵਾਲਾ ਕੰਮ ਕੀਤਾ ਸੀਗਾ ਇਹ ਸੀ ਸਾਡੇ 50 ਕੁਐਸਚਨ ਫਰਾਂਸ ਦੀ ਕ੍ਰਾਂਤੀ ਨਾਲ ਸੰਬੰਧਿਤ ਜੇ ਸਾਥੀਓ ਤੁਸੀਂ ਇਸ ਦੇ ਵਿੱਚ ਕੁਝ ਨਵਾਂ ਸਿੱਖੇ ਜਾਂ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਣੇ ਸਾਥੀਆਂ ਨਾਲ ਜੋ ਹਿਸਟਰੀ ਦੀ ਤਿਆਰੀ ਕਰ ਰਹੇ ਨੇ ਲੈਕਚਰਾਰ ਦੀ ਜਾਂ ਜੁਡੀਸੀ ਨੈਟ ਦੀ ਤਾਂ ਸਾਡੇ ਚੈਨਲ ਬਾਰੇ ਆਪਣੇ ਸਾਥੀਆਂ ਨੂੰ ਜਰੂਰ ਦੱਸੋ ਤੇ ਜਿਹੜੇ ਸਾਥੀਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਆਉਣ ਵਾਲੇ ਟਾਈਮ ਵਿੱਚ ਹੋਰ ਚੰਗੀਆਂ ਵੀਡੀਓ ਬਣਾਈਏ ਤੇ ਹੋਰ ਕਿਤਾਬਾਂ ਦੇ ਵਿੱਚੋਂ ਜਿਹੜੀ ਤੁਸੀਂ ਨਹੀਂ ਪੜੇ ਹੋਣਗੇ ਉਹ ਜਿਹੇ ਤੱਥ ਤੁਹਾਡੇ ਨਾਲ ਸਾਂਝੇ ਕਰੀਏ ਧੰਨਵਾਦ ਜੀ